ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਆ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵਯਾਰ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਬਸਕ੍ਰਾਈਬ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਕਰ ਲਿਓ ਥੱਲੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਥੱਲੇ ਸ਼ੋ ਹੁੰਦਾ ਪਿਆ ਉਹਨੂੰ ਕਲਿੱਕ ਕਰਕੇ ਤੇ ਸਾਰੇ ਵੀਰਾਂ ਨੂੰ ਯਾਰ ਬਹੁਤ-ਬਹੁਤ ਧੰਨਵਾਦ ਵੈਸੇ ਬਈ ਆਪਣੇ 10000 ਤੋਂ ਪਲੱਸ ਚੱਲਦੇ ਪਏ ਨੇ ਸਬਸਕ੍ਰਾਈਬਰ ਤੇ ਅਪਰੋਕਸ ਸ਼ਾਇਦ ਮਨੂੰ ਸਾਲ ਹਜੇ ਹੋਇਆ ਨਹੀਂਗਾ ਬਣਾਉ ਬਣਾਏ ਨੂੰ ਸਾਲ ਹੋ ਗਿਆ ਚੈਨਲ ਪਰ ਜਦੋਂ ਮੈਂ ਪੂਰਾ ਆਇਆ ਸੀਗਾ ਉਦੋਂ ਤੱਕ ਸਾਲ ਨਹੀਂ ਹੋਇਆ ਸੀਗਾ ਸੋ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਸਵਰਾਜ 855 ਸਵਰਾਜ 855 ਟਰੈਕਟਰ ਦੇ ਮਾਡਲ ਦੀ ਗੱਲਬਾਤ ਕਰੀਏ ਇਹ 2018 ਮਾਡਲ ਆ ਟਰੈਕਟਰ ਇਹ 2018 ਮਾਡਲ ਆ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਆ ਪਿਆ ਹੋਇਆ ਟਰੈਕਟਰ ਬਾਕੀ ਤੁਸੀਂ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਨਹੀਂ ਹੈਗੀ ਪੀਵੀ ਨੰਬਰ 8556 ਟਰੈਕਟਰ ਦੇ ਟਾਇਰ ਨੇ ਸ਼੍ਰੀ ਮੁਖਸਰ ਸਾਹਿਬੀ ਅਰਗੇ ਵਿਖੇ ਟਰੈਕਟਰ ਖੜਾ ਹੋਇਆ ਹੈ ਤੇ ਜਿਹੜੀ ਕੀਮਤ ਆ ਟਰੈਕਟਰ ਦੀ ਰੱਖੀ ਗਈ ਉਹ ਹੈਗੀ ਹੈ 5 ਲੱਖ ਤੇ 65000 ਰੁਪਿਆ 5 ਲੱਖ 65000 ਰੁਪਿਆ ਮੁੱਲ ਰੱਖਿਆ ਗਿਆ ਮਾਲਕੀ ਵੀਰਾਂ ਵੱਲੋਂ ਬਾਕੀ ਆਦੇ ਸੀ ਮੌਕੇ ਦੇ ਉੱਪਰ ਘੱਟ ਵੱਧ ਜ਼ਰੂਰ ਕੀਤਾ ਜਾਊਗਾ ਰੇਟ ਦੇ ਵਿੱਚੋਂ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਇਹ ਖਰੀਦ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਵਾ ਤੇ ਅੱਗੇ ਆਪਣੇ ਕੋਲ ਆਇਆ ਜਾਂਦਾ ਨਿਊ ਹਾਲੈਂਡ 363+ ਨਿਊ ਹਾਲੈਂਡ 363+ ਟਰੈਕਟਰ ਤੇ ਆਪਾਂ ਮਾਡਲ ਦੀ ਗੱਲਬਾਤ ਕਰੀਏ 2010 ਮਾਡਲ ਆ 2010 ਮਾਡਲ ਆ ਟਰੈਕਟਰ 3 ਸਪੀਡ ਆ ਤੇ ਪੰਜਾਬ ਨੰਬਰ ਆ 3 ਸਪੀਡ ਆ ਪੰਜਾਬ ਨੰਬਰ ਆ ਤੇ ਬਾਅ ਕੇ ਚਲਾ ਕੇ ਦੇਣ ਦੀ ਇਹਦੀ ਵੀ ਗਾਰੰਟੀ ਆ ਪੂਰੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੋ ਇੰਜਨ ਦਾ ਗੇਅਰ ਦਾ ਲੈਫਟ ਦਾ ਮਗਰਲੇ ਸੇ ਦਾ ਓਕੇ ਪਿਆ ਹੋਇਆ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਗਿੱਦੜਵਾਹਾ ਏਰੀਏ ਵਿੱਚ ਖੜਾ ਹੋਇਆ ਟਰੈਕਟਰ ਇਹ ਤੇ ਇੱਕ ਯਾਰ ਮੇਰੀ ਖਾਸ ਰਿਕਵੈਸਟ ਹੀ ਆ ਕਿ ਰੇਟ ਜਾਰੀ ਨਾ ਮੰਗਿਆ ਕਰੋ ਬਹੁਤ ਜ਼ਿਆਦਾ ਮਾਰਕੀਟ ਵੈਲਿਊ ਨਾਲ ਹੁਣ ਮੈਂ ਆਹੀ ਟਰੈਕਟਰ ਦਾ ਦੱਸ ਦਿੰਦਾ 2010 ਮਾਡਲ ਹਨ ਇਹਦਾ ਰੇਟ ਹੈਗਾ 4 ਲੱਖ ਤੇ 70000 ਰੁਪਇਆ 4 ਲੱਖ 70000 ਰੁਪਇਆ ਡਿਮਾਂਡ ਰੱਖੀ ਗਈ ਆ ਤੇ ਚਲੋ ਯਾਰ ਹਾਲਾਂਡ ਹੈਗਾ ਚਲੋ ਬਾਹਰਲੀ ਤਕਨੀਕ ਹੈ ਯਾਰ ਭਲਾਂ ਬਾਹਰਲੀ ਤਕਨੀਕ ਕਿਉਂ ਨਹੀਂ ਹੈਗੀਗੀ ਅ ਰੇਟ ਯਾਰ ਫਿਰ ਵੀ ਜਾਇ ਚ ਰੱਖਿਆ ਕਰੋ ਕੋਈ ਵੀ ਯਾਰ ਭਲਾਂ ਤੁਸੀਂ ਡੀਲਰ ਆ ਭਲਾਂ ਤੁਸੀਂ ਘਰੇ ਰੱਖਣਾ ਤੇ ਸਾਕੀ ਯਾਰ ਮੈਂ ਰਜੈਂਸੀ ਵਾਲਿਆਂ ਨੂੰ ਕਹਿੰਨਾ ਰੇਟ ਕੱਟ ਕਰਨੇ ਚਾਹੀਦੇ ਟਰੈਕਟਰਾਂ ਦੇ ਵੀ ਜ਼ਿਮੀਦਾਰ ਤੋਂ ਨਹੀਂ ਲੈ ਹੁਣੇ ਏਡੇ ਏਡੇ ਅ ਮਹਿੰਗੇ ਮਹਿੰਗੇ ਟਰੈਕਟਰ ਵੀ ਅੱਜ ਕੰਮ ਦੇ ਜੋਗ ਦੇ ਹਿਸਾਬ ਨਾਲ ਆਪਾਂ ਸਹੀ ਗੱਲ ਕਰਗੇ ਵੀ ਟਰੈਕਟਰਾਂ ਦੀ ਜਿਆਦਾ ਲੋਡ ਨੇ ਅੱਜ ਕੱਲ ਜਿਵੇਂ ਰਿਵਰਸਿਬਲ ਪਲੋ ਹੋ ਗਏ ਵੱਡੇ ਵੱਡੇ ਬੈਲਰ ਖਿੱਚਣੇ ਨੇ ਹਨਾ ਹੋਰ ਕੰਮ ਲਈ ਤੇ ਉਸ ਹਿਸਾਬ ਦੇ ਨਾਲ ਰੇਟ ਵੀ ਵਧਾਈ ਜਾਂਦੇ ਨੇ ਮਹਿੰਗਾਈ ਵਧਣ ਕਰਕੇ ਰੇਟ ਵੀ ਵਧ ਹੀ ਜਾਂਦੇ ਨੇ ਸੋ ਚਾਰੇ ਪਾਸੇ ਦਾ ਆਪਾਂ ਘੇਰਾ ਬੇਰਾਜਾ ਲਾ ਕੇ ਤੇ ਜ਼ਿੰਮੇਵਾਰੀ ਤੇ ਆ ਕੇ ਹੀ ਸਾਰੀ ਗੱਲ ਲੜਦੀ ਹੈ ਜੋ ਕੁਝ ਵੀ ਚੰਮ ਲਾਉਣਾ ਆਪਣਾ ਲਾਉਣਾ ਵਾ ਤੇ ਇਹ ਸਗੋ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਤ ਤੋਂ ਵੱਧ ਦਿੱਲੀ ਸੰਘਰਸ਼ ਤੇ ਜਾਓ ਹਨਾ ਅ ਬਈ ਆਪਣੀ ਜਿੱਤ ਹੋਵੇ ਸੋ ਚਲੋ ਅੱਗੇ ਗੱਲਬਾਤ ਆਪਾਂ ਕਰ ਲੈਨੇ ਆ ਭਰਾਵੋ ਅੱਗੇ ਆਪਣੇ ਕੋਲ ਆ ਜਾਂਦੀ ਹੈ 12 ਫੁੱਟ ਦੀ ਟਰਾਲੀ ਇਹ ਹੈਗੀ ਆ ਭਰਾਵੋ 12 ਫੁੱਟ ਦੀ ਟਰਾਲੀ ਆ ਇਹ ਤੇ ਟਾਟਾ ਦੇ ਗਾਡਰ ਲੱਗੇ ਹੋਏ ਨੇ ਇਹਨੂੰ ਠੀਕ ਹੈ ਹੈ ਤਾਂ ਯਾਨੀ ਕਿ ਸਿੰਗਲ ਟੈਰੀ ਹੈ ਤੇ ਫਰਸ਼ ਪੁਰਸ਼ ਤਾਂ ਯਾਨੀ ਕਿ ਵਧੀਆ ਪਈ ਹੈ ਪੂਰੀ A ਤੋਂ Z ਵਧੀਆ ਵਾ ਤੇ ਘਰ ਲਈ ਕੰਮ ਲਈ ਬਣਵਾਈ ਹੋਈ ਸੀਗੀ ਇਹ ਤੇ ਆਪਣੇ ਦੋਸਤ ਦੇ ਕੋਈ ਆ ਭਰਾਵੋ ਉਹਦਾ ਮੈਸੂਨ ਨੰਬਰ ਦੇ ਦੇਣਾ ਥੱਲੇ ਤੇ ਲੈ ਸਕਦੇ ਹੋ ਟਾਟਾ ਦੇ ਗਾਡਰ ਲੱਗੇ ਹੋਏ ਨੇ ਇਹਨੂੰ ਰੁਪਈਆ ਹੈਗਾ 70000 ਰੁਪਈਆ ਮੁੱਲ ਮੁੱਲ ਦਾ 70000 ਰੁਪਈਆ ਬਾਕੀ ਇਹਦੇ ਵਿੱਚੋਂ ਵੀ ਥੋੜਾ ਬਹੁਤ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਨੇ ਥੱਲੇ ਦੇ ਰਹੇ ਆ ਟੱਲੇ ਦਿੱਤੇ ਜਾ ਰਹੇ ਨੇ ਨੰਬਰ ਫੋਨ ਕਰਕੇ ਤੁਸੀਂ ਇਹ 12 ਫੁੱਟੀ ਟਰਾਲੀ ਖਰੀਦ ਸਕਦੇ ਹੋ ਬਹੁਤ ਵਧੀਆ ਟਰਾਲੀ ਪਈ ਹੋਈ ਆ ਬਾਕੀ ਨੰਬਰ ਥੱਲੇ ਨੇ ਬਾਕੀ ਵੀਡੀਓ ਵਧੀਆ ਲੱਗਦੀ ਹੋਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਗੇ ਆਪਣੇ ਕੋਲ ਆ ਜਾਂਦਾ ਸਵਰਾਜ 960 ਸਵਰਾਜ 960 ਆ ਜਾਂਦਾ ਅੱਗੇ ਆਪਣੇ ਕੋਲ ਸੀਲ ਦੇ ਲਈ ਟਰੈਕਟਰ ਦੇ ਮਾਡਲ ਦੀ ਗੱਲ ਬਾਤ ਕਰੀਏ 2016 ਮਾਡਲ ਆ ਇਹ ਟਰੈਕਟਰ ਇਹ 2016 ਮਾਡਲ ਆ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਟਰੈਕਟਰ ਤੇ ਜੀਨੇ ਇਹ ਟਰੈਕਟਰ ਦੀ ਡਿਟੇਲ ਟੂਲ ਜਾਣਕਾਰੀ ਲੈਣੀ ਹੋਵੇ ਗੱਲ ਟਰੈਕਟਰ ਇਨਫੋਰਮੇਸ਼ਨ ਵਾਲਾ ਚੈਨਲ ਆਪਣਾ ਉੱਥੇ ਸਭ ਕੁਝ ਏਰੀ ਡਿਟੇਲ ਪਾਈ ਹੋਈ ਆ ਵੀ ਟਰੈਕਟਰ ਦੀ ਕੀ ਹਾਰਸ ਪਾਵਰ ਜੋ ਕੁਝ ਵੀ ਆਪਣਾ ਸਾਰਾ ਕੁਝ ਦੱਸਿਆ ਹੋਇਆ ਉਹ ਚੈਨਲ ਦੇ ਉੱਪਰ ਤੇ ਰਾਜਸਥਾਨ ਦਾ ਨੰਬਰ ਟਰੈਕਟਰ ਦਾ ਇਹ ਰਾਜਸਥਾਨ ਦਾ ਨੰਬਰ ਟਰੈਕਟਰ ਦਾ ਬਾਕੀ ਵਧੀਆ ਪਏ ਹੋਏ ਨੇ ਟੂਰ ਵੀ ਠੀਕ ਠਾਕ ਪਏ ਹੋਏ ਨੇ ਬਾਕੀ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਨਹੀਂ ਹੈਗੀ ਬਾਕੀ 5,60,000 ਰੁਪਇਆ ਮੁੱਲ ਰੱਖਿਆ ਗਿਆ ਤੇ ਇੱਕ ਇਹ ਹੁਣ ਨਵੇਂ ਨਹੀਂ ਆਉਂਦੇ ਕਿ ਪੁਰਾਣੇ ਰੇਟਾਂ ਦੇ ਉੱਪਰ ਹੀ ਇਹਨਾਂ ਦੇ ਰੇਟ ਚੱਲੀ ਜਾਂਦੇ ਨੇ ਜਿਹੜੇ ਜਿਹੜੇ ਉਵੇਂ ਉਵੇਂ ਆਏ ਸੀਗੇ ਜਿੰਨੇ ਕਰੇ ਨਵੇਂ ਉਹੀ ਰੇਟ ਨੇ ਹੁਣ ਚੱਲੀ ਜਾਂਦੇ ਇਹਨਾਂ ਦੇ ਜੋ ਸੀਆਡੀਆਈ ਆ ਗਿਆ ਉਦੋਂ ਵੇਖ ਸਕਦੇ ਆਂ ਵੇਖੋ ਕੀ ਕਹਿ ਸਕਦੇ ਆਂ ਤੇ ਨੰਬਰ ਆ ਜਿਹੜੇ ਮਾਲਕਾਂ ਦੇ ਥੱਲੇ ਨੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਹੋਇਆ ਹੈ ਤੇ ਅੱਗੇ ਆ ਜਾਂਦਾ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਭਰਾਵੋ ਅੱਗੇ ਲਾਸਟ ਕਰਾਂ ਵਾਲਾ ਇਹ ਟਰੈਕਟਰ ਹੈ ਜਿਹੜਾ 2010 ਮਾਡਲ ਹੈ ਟਰੈਕਟਰ ਇਹ 2010 ਮਾਡਲ ਹੈ 70 ਪੈਸੇ ਬੀਕੇਡੀ ਦੇ ਟਾਇਰ ਪਏ ਹੋਏ ਨੇ ਟਰੈਕਟਰ ਦੇ ਬਹੁਤ ਚੰਗੀ ਹਾਲਤ ਦੇ ਵਿੱਚ ਸਾਫ ਹਾਲਤ ਦੇ ਵਿੱਚ ਪਿਆ ਹੋਇਆ ਤੇ ਬਾਕੀ ਕੰਮ-ਕੁਮ ਤਾਂ ਕੋਈ ਵੀ ਨਹੀਂ ਭਾਲਦਾਗਾ ਮਾਲਕਾਂ ਨੇ ਦੱਸਣ ਅਨੁਸਾਰ ਕੰਮ ਕੋਈ ਨਹੀਂ ਭਾਲਦਾਗਾ ਗੇਅਰ ਗੂਰ ਦਾ ਵੀ ਵਧੀਆ ਪਿਆ ਹੋਇਆ ਇੰਜਨ ਉੱਜੰਦਾ ਵੀ ਸੈੱਟ ਹੈ ਤੇ ਜ਼ੀਰੇ ਏਰੀਏ ਵਿੱਚ ਖੜਾ ਹੋਇਆ ਹੈ ਤੇ ਬਾਕੀ ਸਾਡੇ ਏਰੀਏ ਵਿੱਚ ਥੋੜੇ ਜਿਆਦੇ ਨੇ ਜਿਵੇਂ 855 911 ਤੇ ਫਾਰਮ ਫੋਰਮ ਟਰੈਕ ਬਹੁਤ ਨੇ ਸਾਡੇ ਏਰੀਏ ਦੇ ਵਿੱਚ ਤੇ ਜੋ ਕੀਮਤਾਂ 3.5 ਲੱਖ ਰੁਪਇਆ ਮੌਲਰ ਮੰਗਿਆ ਗਿਆ 3.5 ਲੱਖ ਰੁਪਇਆ ਮੌਲ ਮੰਗਿਆ ਗਿਆ ਤੇ ਬਾਕੀ ਇਹਦੇ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਨੇ ਥੱਲੇ ਦੇ ਰੱਖੇ ਆ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਟਰੈਕਟਰ ਬਹੁਤ ਸੋਹਣਾ ਸਾਫ਼ ਸੁਭਾਈ ਵਾਲੀ ਕੰਡੀਸ਼ਨ ਦੇ ਵਿੱਚ ਤੇ ਰਿਜਨਲ ਲੌਕ ਦੇ ਵਿੱਚ ਟਰੈਕਟਰ ਇਹ ਜਿਹੜਾ ਬਕਾਊ ਪਾਇਆ ਹੋਇਆ ਸੀਗਾ ਮਾਲਕ ਵੀਰਾਂ ਦਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਭਰਾਵੋ ਰੂਟਾਵੇਟਰ ਅੱਗੇ ਰੂਟਾਵੇਟਰ ਆ ਜਾਂਦਾ ਤੇ ਇੱਕ ਇੱਥੇ ਵੀ ਮੇਰੀ ਖਾਸ ਰਿਕਵੈਸਟ ਹੈ ਕਿ ਤੁਸੀਂ ਇਹ ਲਿਖ ਕੇ ਭੇਜਿਆ ਕਰੋ ਕਿੰਨੇ ਫੁੱਟਾਂ ਰੂਟਾਵੇਟਰ ਆ ਹੁਣ ਇਹਨਾਂ ਬਾਈਆਂ ਨੇ ਦੱਸਿਆ ਵਾਲੇ ਵੀ 6 7 ਕਿੰਨਾ ਇਹ ਬਾਕੀ 855 ਦੇ ਹਿਸਾਬ ਨਾਲ ਲਾਈ ਕਿ ਮੈਨੂੰ ਲੱਗਦਾ 7 ਫੁੱਟਾ ਹੈ ਬਾਕੀ ਤੁਸੀਂ ਪੁੱਛ ਲਿਓ ਮੜਾ ਜਾ ਤੇ 80 ਪੈਸੇ ਬਲੇਡ ਪਏ ਹੋਏ ਨੇ ਤੇ 80 ਇਹਦਾ ਰੇਟ ਹੈਗਾ 90000 ਰੁਪਈਆ 90000 ਰੁਪਇਆ ਮੋਲ ਮੰਗਦੇ ਪਏ ਆ ਠੀਕ ਹੈ ਤੇ ਬਟਾਲਾ ਏਰੀਏ ਵਿੱਚ ਕੇ ਪਿਆ ਹੋਇਆ ਇਹ ਢੀਮ ਕੰਪਨੀ ਵਾਲਿਆਂ ਦਾ ਇਹ ਮੰਨ ਲਓ ਤੇ ਬਾਕੀ ਤੁਸੀਂ ਫੋਨ ਲਾ ਕੇ ਯਾਰ ਸਾਰੀ ਡਿਟੇਲ ਵਗੈਰਾ ਪੁੱਛ ਲਿਓ ਨੰਬਰ ਥੱਲੇ ਆ ਮਾਲਕਾਂ ਦਾ ਦੱਸ ਜਿਹੜਾ ਦਿੱਤਾ ਹੋਇਆ ਸੀਗਾ ਉਹਨਾਂ ਨੇ ਸੰਪਰਕ ਕਰ ਤੇ ਅੱਗੇ ਆ ਇਹਦਾ ਆਪਣੇ ਕੋਲ 9511 9511 ਟਰੈਕਟਰ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਿਹੜਾ ਇਹ ਹੈਗਾ 1992 ਮਾਡਲ ਸੌਰੀ 1992 ਮਾਡਲ ਹੈ ਇਹ ਟਰੈਕਟਰ ਬਹੁਤ ਸੋਹਣਾ ਪਿਆ ਟਰੈਕਟਰ ਸਾਫ ਰੰਗ ਦੇ ਵਿੱਚ ਬੰਪਰ-ਬੰਪਰ ਲੱਗਾ ਹੋਇਆ ਐਕਸਲੇਟਾਂ ਵਗੈਰਾ ਲੱਗੀਆਂ ਹੋਈਆਂ ਨੇ ਬਾਕੀ ਸ਼ੋਸ਼ੂ ਲਾ ਕੇ ਰੱਖੀ ਹੋਈ ਆ ਬਾਕੀ ਸ਼ੋ ਤੁਸੀਂ ਪੁੱਛ ਲਿਓ ਮੇ ਨਾਲ ਕਿਵੇਂ ਦੇਣਗੇ ਕਿ ਨਾ ਤੇ ਇਕੱਲੇ ਰੈਮ ਪੇਂਟ ਹੋਏ ਹੋਏ ਨੇ ਟਰੈਕਟਰ ਦੇ ਰੈਮ ਪੇਂਟ ਹੋਏ ਹੋਏ ਨੇ ਇਹ ਮਾਲਕਾਂ ਨੇ ਦੱਸਤਾ ਵਾ ਵੀ ਰੈਮ ਪੇਂਟ ਆ ਤੇ ਬਾਕੀ ਟਾਇਰ ਟੂਰ ਜਾਨਕੀ ਹੈਗੇ 45 50 ਪੈਸੇ 45 ਕੇ ਪੈਸੇ ਹੈਗੇ ਟਾਇਰ ਹਜੇ ਬਾਕੀ ਮਗਰਲੇ ਸਿਰੋ ਗੇਅਰ ਗੂਰ ਤੋਂ ਇੰਜਨ ਤੋਂ ਪੂਰਾ ਓਕੇ ਆ ਤੇ ਫਰੂਜ਼ਪੁਰ ਏਰੀਆ ਵਿੱਚ ਖੜਾ ਹੋਇਆ ਹੈ। ਬਾਕੀ ਕੰਪਲੀਟ ਐਡਰੈਸ ਤੁਸੀਂ ਮਾੜਾ ਫੋਨ ਤੇ ਪੁੱਛ ਲਓ ਯਾਰ ਕਿਉਂਕਿ ਇਨਾਂ ਨੇ ਤਲਵੰਡੀ ਸਾਬੋ ਵੀ ਲਿਖਿਆ ਹੋਇਆ ਸੀਗਾ ਤੇ ਫਰੂਜ਼ਪੁਰ ਵੀ ਲਿਖਿਆ ਹੋਇਆ ਸੀਗਾ। ਸੋ ਮਾੜਾ ਇੱਕ ਵਾਰ ਕਨਫਰਮ ਕਰ ਲਓ 165000 ਰੁਪਿਆ ਇਹਦਾ ਟਰੈਕਟਰ ਦਾ ਮੁੱਲ ਸੀਗਾ ਰੱਖਿਆ ਗਿਆ ਇਨਾਂ ਵੀਰਾਂ ਵੱਲੋਂ। ਤੇ ਨੰਬਰ ਆ ਜਿਹੜਾ ਮਾਲਕਾਂ ਦਾ ਥੱਲੇ ਆ ਫੋਨ ਕਰਕੇ ਖਰੀਦ ਸਕਦੇ ਹੋ। ਬਹੁਤ ਚੰਗੀ ਹਾਲਤ ਦੇ ਵਿੱਚ ਸੋਹਣੀ ਹਾਲਤ ਦੇ ਵਿੱਚ ਜਿਹੜਾ ਟਰੈਕਟਰ ਮਾਲਕਾਂ ਨੇ ਬਿਕਾਊ ਪਾਇਆ ਹੋਇਆ। ਅੱਗੇ ਆਪਣੇ ਕੋਲ ਸੇਲ ਦੇ ਲਈ ਆ ਜਾਂਦਾ ਜੀ ਨਿਊ ਹਾਲੈਂਡ 3630 ਸੁਪਰ ਨਿਊ ਹਾਲੈਂਡ 3630 ਸੁਪਰ ਆ ਜਾਂਦਾ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਇਹ ਟਰੈਕਟਰ ਆ ਜਿਹੜਾ 15 ਮਾਡਲ ਆ 15 ਮਾਡਲ ਆ ਇਹ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਵਾ ਤੇ ਨਾਲ ਦੇ ਟਾਇਰ ਨੇ 85 ਪੈਸੇ ਨਾਲ ਦੇ ਟਾਇਰ 85 ਪੈਸੇ ਨੇ ਬਾਕੀ ਬੰਪਰ ਬੰਪਰ ਲੱਗਾ ਹੋਇਆ ਉਹ ਤੁਸੀਂ ਲਾ ਕੇ ਤੇ ਅੱਗੇ ਵੇਟ ਵਾਲੀਆਂ ਪਲੇਟਾਂ ਪਲੂਟਾਂ ਜਿਹੜੀਆਂ ਟੰਗ ਸਕਦੇ ਹੋ ਟਰੈਕਟਰ ਦੇ ਮੂਰੇ ਟਰੈਕਟਰ ਇਹ 3 ਸਪੀਡ ਆ 3 ਸਪੀਡ ਆ ਬਾਕੀ ਰੰਗ ਰੂਗ ਦਾ ਟੋਟਲੀ ओरिजिनल ਆ ਗੇਅਰ ਦਾ ਵੀ ਓਕੇ ਆ ਇੰਜਨ ਦਾ ਵੀ ਓਕੇ ਆ ਮਗਰਲੇ ਹਿੱਸੇ ਦਾ ਵੀ ਓਕੇ ਆ ਤੇ ਕੰਮਕਮ ਜਿਹੜਾ ਕੋਈ ਵੀ ਨਹੀਂ ਪਾਲਦਾਗਾ 5 ਲੱਖ ਤੇ 55000 ਰੁਪਿਆ ਜਿਹੜਾ ਟਰੈਕਟਰ ਦਾ ਮੁੱਲ ਰੱਖਿਆ ਗਿਆ ਵਾ ਬਾਕੀ ਇਹਦੇ ਵਿੱਚੋਂ ਵੀ ਮੌਕੇ ਦੇ ਉੱਪਰ ਘੱਟ ਵਾਧਾ ਜਿਹੜਾ ਕੀਤਾ ਜਾਊਗਾ ਠੀਕ ਹੈ ਮੌਕੇ ਦੇ ਉੱਪਰ ਜ਼ਰੂਰ ਲੈਸ ਕੀਤਾ ਜਾਊਗਾ ਇਹਦੇ ਵਿੱਚੋਂ ਤੇ ਜੋ ਵੀ ਨੰਬਰ ਨੇ ਮਾਲਕਾਂ ਦੇ ਸੰਪਰਕ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਟਰੈਕਟਰ ਦਾ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਬਹੁਤ ਚੰਗੀ ਹਾਲਤ ਵਿੱਚ ਪਿਆ ਹੋਇਆ ਵਕਾਊ ਅੱਗੇ ਆ ਜਾਂਦੀ ਹੈ ਭਰਾਵੋ ਨਰਮਾ ਬੀਜਣ ਵਾਲੀ ਮਸ਼ੀਨ ਨਰਮਾ ਬੀਜਣ ਵਾਲੀ ਇਹ ਮਸ਼ੀਨ ਸੇਲ ਦੇ ਲਈ ਆਈ ਹੋਈ ਸੀਗੀ ਮਾਨਸੇਰ ਏਰੀਏ ਵਿੱਚ ਇਹ ਖੜੀ ਪਈ ਤੇ ਬਾਕੀ ਵੀ ਬੂ ਵਗੈਰਾ ਬਾਰੇ ਤੁਸੀਂ ਪੂਰਾ ਪੁੱਛ ਲਓ ਕਿੰਨਾ ਕੁੰਨਾ ਪੋਰਦੀ ਹੈ ਇਹ ਬਾਕੀ ਦੱਸਿਆ ਤਾਂ ਸੀਗਾ ਤੇ ਉਹ ਮੈਂ ਕਿਹਾ ਵੀ ਇੰਨੀ ਡਿਟੇਲ ਥੋੜੀ ਜਿਹੀ ਬਾੜੀ ਹੋ ਜਾਣੀ ਫਿਰ ਉਦੋਂ ਜੀ ਫੋਨ ਲਾ ਕੇ ਪੂਰੀ ਡਿਟੇਲਸ ਉਹਨੂੰ ਮਿਲ ਜੂਗੀ 18000 ਰੁਪਿਆ ਇਹ ਮਸ਼ੀਨ ਦਾ ਜਿਹੜਾ ਮੁੱਲ ਰੱਖਿਆ ਗਿਆ ਵਾ 18000 ਰੁਪਿਆ ਮੁੱਲ ਰੱਖਿਆ ਗਿਆ ਬਾਕੀ ਮੌਕੇ ਦੇ ਉੱਪਰ ਥੋੜਾ ਬੋਤਾ ਜਾ ਕਰ ਦੇਣਗੇ ਜੇ ਹੁੰਦਾ ਹੋਇਆ ਤਾਂ ਨੰਬਰ ਆ ਜਿਹੜੇ ਮਾਲਕਾਂ ਦੇ ਥੱਲੇ ਦਿੱਤੇ ਜਾ ਰੱਖੇ ਨੇ ਫੋਨ ਕਰਕੇ ਜਿਹੜਾ ਤੁਸੀਂ ਖਰੀਦ ਸਕਦੇ ਇਹ ਨਰਮਾ ਬੀਜਣ ਵਾਲੀ ਮਸ਼ੀਨ ਮਾਨਸੇਰਗੇ ਵਿਖੇ ਪਈ ਹੋਈ ਆ ਇਹ ਬਹੁਤ ਚੰਗੀ ਹਾਲਤ ਦੇ ਵਿੱਚ ਆ ਇਹ ਤੇ ਅੱਗੇ ਆਪਣੇ ਕੋਲ ਵੀਡੀਓ ਵਿੱਚ ਸੇਲ ਦੇ ਵਿੱਚ ਆ ਜਾਂਦਾ ਮੈਸੀ ਮਾਈਸੀ ਫਰਬੂਸ਼ਨ 9500 ਇਹ 9500 ਜ ਸਮਾਰਟ ਵਾਲਾ ਨਹੀਂ ਗਾ ਇਹ ਸਿੰਪਲ ਆ ਬਿਨ ਆਊਟ ਸਮਾਰਟ ਵਾਲਾ ਨਹੀਂ ਗਾ ਸਮਾਰਟ ਵਾਲਾ ਨਹੀਂ ਸੌਰੀ ਆ ਮਾਡਲ ਹੈਗਾ ਦਾ 2017 2017 ਮਾਡਲ ਤੇ 80 ਪੈਸੇ ਨਾਲ ਦੇ ਟਾਇਰ ਦੱਸੇ ਜਾ ਰਹੇ ਨੇ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਬਕਾਉ ਇਹ ਬਾਕੀ ਜੋ ਸ਼ੋ ਦਾ ਰੰਗ ਇੰਜਨ ਬਾਡੀ ਚੈਸੀ ਲਿੰਕਾਂ ਦਾ ਰੰਗ origignal ਦੱਸਿਆ ਜਾ ਰਿਹਾ ਵਾ ਬਾਕੀ ਛਤਰੀ ਦੇ ਮਿਊਜ਼ਿਕ ਸਿਸਟਮ ਤੁਸੀਂ ਪੁੱਛ ਲਓ ਕਿ ਨਾਲ ਦੇਣਗੇ ਕਿ ਨਾ ਤੇ ਜੋ ਕੀਮਤ ਮੰਗੀ ਗਈ ਹੈ ਮਾਲਕੀ ਭਰਾ ਵੱਲੋਂ ਮੰਨੂ ਦਾ 5 ਲੱਖ ਲੈ ਕੇ ਆਈ ਹੋਈ ਸੀਗੀ ਭਰਾਵੋ 5 ਲੱਖ ਲੈ ਕੇ ਆਈ ਹੋਈ ਸੀਗੀ ਆਪਾਂ ਨੂੰ ਤਾਂ ਤੇ ਤੁਸੀਂ ਫੋਨ ਦੇ ਉੱਪਰ ਮਾਲਕਾਂ ਦੇ ਨਾਲ ਗੱਲਬਾਤ ਕਰ ਲਿਓ ਵੀ ਕੀ ਰੇਟ ਆ ਕੀ ਹਿਸਾਬ ਕਿਤਾਬ ਹੈ ਟਰੈਕਟਰ ਦਾ ਕਿੰਨੇ ਦਾ ਛੱਡਣਗੇ ਉਹ ਤੁਸੀਂ ਫੋਨ ਦੇ ਉੱਪਰ ਇੱਕ ਵਾਰ ਰੇਟ ਜ਼ਰੂਰ ਕਨਫਰਮ ਕਰ ਲਿਓ ਕਿਉਂਕਿ ਕਈ ਕਿਈ ਵਾਰ ਥੋੜਾ ਬਹੁਤਾ ਘੱਟ ਕੋਟ ਲਿਖਿਆ ਜਾਂਦਾ ਹੁੰਦਾ ਹੁਣ ਤਾਂ ਬਾਈਆਂ ਤੋਂ ਤੇ ਨੰਬਰ ਜਿਹੜਾ ਮਾਲਕਾਂ ਦਾ ਆਪਾਂ ਥੱਲੇ ਦੇ ਰਹੇ ਹਾਂ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਯਾਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਘੰਟੀ ਵਾਲਾ ਆਪਸ਼ਨ ਜ਼ਰੂਰ ਨੱਪਿਆ ਕਰੋ 올 ਤੇ ਸੈੱਟ ਕਰ ਦਿਆ ਕਰੋ ਜਾਨਕਿ ਜਿੰਨੇ ਵੀ ਆਪਣੀ ਵੇਖਦੇ ਨੇ ਵੀਡੀਓ ਵਿੱਚ 70% ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ 70 ਤੋਂ 65% ਦੇ ਵਿੱਚ ਵਿੱਚ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਤੇ ਅੱਗੇ ਆ ਜਾਂਦਾ ਜੀ 13 ਫੁੱਟੀ ਟਰਾਲੀ 13 ਫੁੱਟੀ ਟਰਾਲੀ ਅੱਗੇ ਸੇਲ ਦੇ ਲਈ ਆ ਜਾਂਦੀ ਆ ਹਾਲਤ ਵਗੈਰਾ ਦੀ ਤੁਸੀਂ ਵੇਖ ਸਕਦੇ ਹੋ ਜੈਕ ਲੱਗਾ ਹੋਇਆ ਇਹਨੂੰ ਤੇ ਬਾਕੀ ਡਬਲ ਟੈਰੀ ਆ ਜੈਕ ਲੱਗਾ ਹੋਇਆ ਡਬਲ ਟੈਰੀ ਆ ਤੇ 22 ਕੁਇੰਟਲ weight ਦੱਸਿਆ ਜਾ ਰਿਹਾ ਸੀਗਾ ਇਹਦਾ ਬਾਕੀ ਬੈੱਡ ਬੁੱਡ ਲੱਗੇ ਹੋਏ ਨੇ 2 ਫੁੱਟ ਵੱਡੀ ਆ ਤੇ 2.5 ਫੁੱਟ ਬੈੱਡ ਆ ਇਹਦਾ ਬਾਕੀ ਪੂਰੀ ਓਕੇ ਆ ਰੰਗ ਰੂng ਵੀ ਬਿਲਕੁਲ ਬ੍ਰੈਂਡ ਨਿਊ ਹੀ ਤਿਆਰ ਕਰਾਈ ਹੋਈ ਹੈ ਸ਼ਾਇਦ ਬਾਕੀ ਜੇ ਫੋਨ ਦੇ ਉੱਪਰ ਪੂਰੀ ਆਉਦੀ ਖੁੱਲ ਕੇ ਗੱਲ ਕਰ ਲਓ ਏਰੀਆ ਸੰਗਰੂਰ ਆ ਤੇ 175000 ਰੁਪਇਆ ਮੁੱਲ ਆ 175000 ਰੁਪਇਆ ਮੁੱਲ ਤੇ ਜਿਹੜਾ ਮੁੱਲ ਆ ਇਹ ਫਿਕਸ ਨਹੀਂ ਹੈਗਾਗਾ ਥੋੜਾ ਬੋਤਾਂ ਯਾਨਕੀ ਕਰ ਲੈਣ ਕੇ ਮੌਕੇ ਦੇ ਉੱਪਰ ਲੈਸ ਲੂਸ ਜਾਇਦੇ ਵਿੱਚੋਂ ਵੀ ਸੋ ਜੇ ਤੁਸੀਂ ਲੈਣੀ ਹੋਵੇ ਥੱਲੇ ਦਿੱਤੇ ਜਾ ਰਹੇ ਨੰਬਰਾਂ ਤੇ ਸੰਪਰਕ ਕਰ ਲਿਓ ਤੁਸੀਂ ਮਾਲਕਾਂ ਦੇ ਨਾਲ ਪੂਰਾ ਤੇ ਇੱਕ ਯਾਰ ਜਿਵੇਂ ਤੁਸੀਂ ਅੱਜ ਐਡ ਭੇਜ ਦੋ ਭਰਾਵੋ ਛੋਡੀ ਆਏ ਨਹੀਂ ਹੈਗਾ ਵੀ ਇੱਕ ਦੋ ਦਿਨਾਂ ਚ ਲੱਗ ਜੂਗੀ ਕਿਉਂਕਿ ਸੀਜ਼ਨ ਦਾ ਟਾਈਮ ਹਰ ਇੱਕ ਬੰਦੇ ਨੂੰ ਕਾਲੀ ਹੁੰਦੀ ਉਹ ਮੈਨੂੰ ਹੀ ਪਤਾ ਵਾ ਤੇ ਪਰ ਲੱਗੂਗੀ ਬਾਰੀ ਸਰ ਤੁਸੀਂ ਜਿੰਨੀ ਮਰਜ਼ੀ ਮੈਸੇਜ ਕਰੀ ਜਾਓ ਠੀਕ ਹੈ ਮੈਸੇਜ ਚਲੋ ਵੇਖ ਲੈਣੇ ਆ ਪਰ ਅਸੀਂ ਹੁਣ ਰਿਪਲਾਈ ਨਹੀਂ ਕਰਦੇਗੇ ਚਲੋ ਪਹਿਲਾਂ ਕਰ ਦਿੰਦੇ ਹੁਣ ਰਿਪਲਾਈ ਕਰਨ ਦਾ ਵੀ ਟਾਈਮ ਨਹੀਂ ਲੱਗਦਾਗਾ ਤੇ ਬਾਰੀ ਸਰ ਲੱਗੂ ਕਿ ਜਿਵੇਂ ਜਿਵੇਂ ਤੁਸੀਂ ਮੈਸੇਜ ਕਰੀ ਜਾਓਗੇ ਤੁਹਾਡੀ ਐਡ ਆਪਦੇ ਆਪ ਹੀ ਤਾਂ ਜਾਈ ਜਾਣੀ ਉਹ ਸੋਡੀ ਗਲਤੀ ਹੋਊਗੀ ਫਿਰ ਜੇ ਨਾ ਲੱਗੀ ਤੇ ਅੱਗੇ ਆਇੰਦਾ ਪ੍ਰਾਵੋ ਬੋਲਟ 2018 ਮਾਡਲ ਆ ਤੇ ਕਲ 9 9000 ਕਿਲੋਮੀਟਰ ਚੱਲਿਆ ਹੋਇਆ ਹੈ ਬਾਕੀ ਲੈਮੀਨੇਸ਼ਨ ਵਗੈਰਾ ਕਰਾਇਆ ਹੋਇਆ ਸੀਗਾ ਤੇ ਕੰਪਨੀ ਦੇ ਸਰਵਿਸ ਵਗੈਰਾ ਨਵੀਂ ਹੋਈ ਹੈ ਬੈਲਸ ਨੂੰ ਉਹਦਾ ਵੀ ਮਿਲੂਗਾ ਮੂਰਲੇ ਅਲੋਏ ਵਗੈਰਾ ਪਵਾਏ ਹੋਏ ਨੇ 9000 ਦੇ ਤੇ ਉਹਦਾ ਵੀ ਅਲੋਏ ਪਵਾਇਆ ਹੈ ਤੇਰ ਪਵਾਇਆ ਹੋ ਤੁਸੀਂ ਫੋਨ ਦੇ ਉੱਪਰ ਇੱਕ ਵਾਰ ਮਾੜੀ ਜੀ ਗੱਲ ਕਰ ਲਿਓ ਉਹਦਾ ਵੀ ਤੁਹਾਨੂੰ ਪੱਕਾ ਬੈਲ ਨਾਲ ਦਿੱਤਾ ਜਾਊਗਾ ਤੇ ਪੂਰਾ ਸਾਫ ਹਾਲਤਰੇ ਵਿੱਚ ਤੇ Ориਜਨਲ ਹੀ ਲੱਕ ਹੈ ਇਹਦੀ ਤੇ ਜਿਨ੍ਹਾਂ ਨੇ ਲੈਣਾ ਹੋਵੇ ਕਿਰਪਾ ਕਰਕੇ ਫੋਨ ਉਹੀ ਕਰਨ ਸਵਾਲ ਲੈਣ ਵਾਲੇ ਤੇ ਪਕਾਈ ਕਰਨ ਵਾਲੇ ਮਾਲਕਾਂ ਦੇ ਕਹਿਣ ਅਨਸਾਰ ਵੀ ਨਾ ਫੋਨ ਕਰਨ ਇਹਨਾਂ ਨੂੰ ਤੇ ਮੁੱਲ ਹੈਗਾ ਰ 145000 ਫਿਕਸ ਇਹਦੇ ਵਿੱਚੋਂ ਘਾਟ ਨਹੀਂ ਕੀਤਾ ਜਾਊਗਾ ਨੰਬਰ ਮਾਲਕਾਂ ਦੇ ਥੱਲੇ ਆ ਫੋਨ ਕਰਕੇ ਖਰੀਦ ਸਕਦੇ ਹੋ ਮਹਿੰਦਰਾ ਅਰਜਨ ਸੋਰੀ 605 ਇਹ ਟਰੈਕਟਰ 2002 ਮਾਡਲ ਟਰੈਕਟਰ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਸਾਫ਼ ਹਾਲਤ ਰੇ ਵਿੱਚ ਆ ਟਰੈਕਟਰ ਕੰਮ ਟਰੈਕਟਰ ਕੋਈ ਵੀ ਨਹੀਂ ਭਾਲਦਾਗਾ ਕੰਮ ਕੋਈ ਵੀ ਨਹੀਂ ਭਾਲਦਾਗਾ ਵਾ ਕੇ ਚਲਾ ਕੇ ਦੇਣ ਦੀ ਤਸੱਲੀ ਆ ਗਾਰੰਟੀ ਦਿੱਤੀ ਜਾ ਰਹੀ ਆ ਤੇ 60 ਪੈਸੇ ਟਰੈਕਟਰ ਦੇ ਟਾਇਰ ਨੇ ਤੇ ਜੋ ਮਾਲਕ ਵੀਰਾਂ ਵੱਲੋਂ ਟਰੈਕਟਰ ਦਾ ਮੁੱਲ ਰੱਖਿਆ ਗਿਆ ਉਹ ਹੈਗਾ ਜੀ 2 ਲੱਖ ਤੇ 40000 ਰੁਪਈਆ 2 ਲੱਖ ਤੇ 40000 ਰੁਪਈਆ ਮੁੱਲ ਰੱਖਿਆ ਗਿਆ ਬਾਕੀ ਮੌਕੇ ਦੇ ਉੱਪਰ ਜਰੂਰ ਘੱਟ ਵੱਧ ਕੀਤਾ ਜਾਊਗਾ ਰੇਟ ਦੇ ਵਿੱਚੋਂ ਲੈਸ ਹੋ ਜਾਊਗਾ ਤੇ ਮਾਲਕਾਂ ਦੇ ਜਿੰਨੇ ਵੀ ਨੰਬਰ ਨੇ ਥੱਲੇ ਦੇ ਰਹੇ ਹਾਂ ਆਪਾਂ ਫੋਨ ਕਰਕੇ ਟਰੈਕਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ ਮਾਲਕਾਂ ਤੋਂ ਹੋਰ ਗਾਂ ਡਿਟੇਲ ਲੈ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਪਿਆ ਹੋਇਆ ਤੇ ਅੱਗੇ ਆ ਜਾਂਦਾ ਜੀ HMT ਨਟ 11 HMT 511 ਟਰੈਕਟਰ ਬਿਕਾਉ ਹੈ ਜੀ 1999 ਮਾਡਲ 1999 ਮਾਡਲ ਟਰੈਕਟਰ ਇਹ ਸੇਲ ਦੇ ਲਈ ਵੀਰਾਂ ਨੇ ਭੇਜਿਆ ਹੋਇਆ ਹੈ ਜੀ ਬਹੁਤ ਸਾਫ ਹਾਲਤ ਦੇ ਵਿੱਚ ਆ ਚੰਗੀ ਆ ਹਾਲਤ ਜੋਸ਼ ਹੋ ਦਾ ਰੰਗ ਬਾਡੀ ਲੈਨ ਦਾ ਰੰਗ ਮਗਰਾੜਾ ਦਾ ਰੰਗ ਟੋਟਲ ਟਰੈਕਟਰ Ориਜਨਲ ਆ ਤੇ ਬਾਕੀ ਉੱਥੇ ਜਾ ਕੇ ਤੁਸੀਂ ਟਰੈਕਟਰ ਦੀ ਟ੍ਰਾਈ ਲੈ ਸਕਦੇ ਹੋ ਚੈੱਕ ਕਰਕੇ ਤੁਹਾਨੂੰ ਮਿਲੂਗਾ ਮੁੱਲ ਰੱਖਿਆ ਗਿਆ 2 ਲੱਖ ਰੁਪਈਆ 2 ਲੱਖ ਰੁਪਈਆ ਮੁੱਲ ਰੱਖਿਆ ਗਿਆ ਟਰੈਕਟਰ ਦਾ ਤੇ ਬਾਕੀਆਂ ਦੇ ਸੀ ਮੌਕੇ ਦੇ ਉੱਪਰ ਥੋੜਾ ਬਹੁਤਾ ਰੇਡ ਦੇ ਵਿੱਚੋਂ ਕੀਤਾ ਜਾਊਗਾ ਲੈਸ ਤੇ ਜੋ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਫੋਨ ਕਰਕੇ ਉਹਨਾਂ ਨੰਬਰਾਂ ਤੇ ਤੁਸੀਂ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਤੇ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਜਿਹੜੀ ਟਰੈਕਟਰ ਦੀ ਗਾਰੰਟੀ ਆ ਤਸੱਲੀ ਦਿੱਤੀ ਜਾ ਰਹੀ ਆ ਬਾਕੀ ਫਿਕਰ ਯਾਨੀ ਕਿ ਉਹ ਜਾ ਕੰਮ ਕੋਈ ਨਹੀਂ ਹੈਗਾਗਾ ਧੋਖੜੀ ਵਾਲਾ ਅੱਗੇ ਆਪਣੇ ਕੋਲ ਜਿਹੜਾ ਵੀਡੀਓ ਦੇ ਵਿੱਚ ਟਰੈਕਟਰ ਆਉਂਦਾ ਉਹ ਹੈਗਾ ਜੀ ਨਿਊ ਹਾਲੈਂਡ 5500 ਨਿਊ ਹਾਲੈਂਡ 5500 ਅੱਗੇ ਆਪਣੇ ਕੋਲ ਸੇਲ ਦੇ ਲਈ ਵੀਡੀਓ ਦੇ ਵਿੱਚ ਆ ਜਾਂਦਾ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਪਿਆ ਹੋਇਆ 2010 ਮਾਡਲ ਆ ਇਹ ਟਰੈਕਟਰ ਆ ਜਿਹੜਾ 2010 ਮਾਡਲ ਆ ਛੋ ਦਾ ਰੰਗ ਬਾਡੀ ਲੈਨ ਦਾ ਰੰਗ ਰਿਮਾ ਦਾ ਰੰਗ ਤੇ ਮਗਰਾੜਾ ਦਾ ਰੰਗ ਟੋਟਲ オリジナル ਦੱਸਿਆ ਜਾ ਰਿਹਾ ਵਾ ਕਿਤੋਂ ਰੰਗ ਦੁਬਾਰਾ ਨਹੀਂ ਕੀਤਾ ਗਿਆ ਵਾ ਕੇ ਚਲਾ ਕੇ ਦਿਨ ਦੀ ਟਰੈਕਟਰ ਦੀ ਪੂਰੀ ਗਾਰੰਟੀ ਆ ਤਸੱਲੀ ਦਿੱਤੀ ਜਾ ਰਹੀ ਆ ਟਰੈਕਟਰ ਕੰਮ ਕੋਈ ਨਹੀਂ ਭਾਲਦਾਗਾ ਕਿਤੋਂ ਚਾਬੀ ਨਹੀਂ ਲੱਗ ਜੀਗੀ ਬਾਕੀ ਬੰਪਰ ਬੰਪਰ ਲੱਗਾ ਹੋਇਆ ਟਰੈਕਟਰ ਨੂੰ ਅੱਗੇ ਤੇ ਜਿਹੜਾ ਟਰੈਕਟਰ ਦਾ ਮੁੱਲ ਮੰਗਿਆ ਗਿਆ ਉਹ ਹੈਗਾ ਜੀ 4 ਲੱਖ ਤੇ 75000 ਰੁਪਇਆ 4 ਲੱਖ 75000 ਰੁਪਇਆ ਟਰੈਕਟਰ ਦਾ ਮੁੱਲ ਰੱਖਿਆ ਗਿਆ ਸੀਗਾ ਬਾਕੀ ਮੌਕੇ ਦੇ ਉੱਪਰ ਰੇਟ ਦੇ ਵਿੱਚੋਂ ਥੋੜਾ ਬਹੁਤਾ ਜ਼ਰੂਰ ਕੀਤਾ ਜਾਊਗਾ ਲੈਸ ਜੋ ਵੀ ਨੰਬਰ ਨੇ ਮਾਲਕਾਂ ਦੇ ਥੱਲੇ ਦੇ ਰਹੇ ਆਂ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਤੇ ਵਾਹ ਕੇ ਚਲਾ ਕੇ ਦੇਣ ਦੀ ਪੂਰੀ ਗਰੰਟੀ ਆ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਅੱਗੇ ਆਪਣੇ ਕੋਲ سیل ਦੇ ਵਿੱਚ ਟਰੈਕਟਰ ਦੇ ਮਾਡਲ ਦੀ ਗੱਲਬਾਤ ਕਰੀਏ ਆਪਾਂ 2006 ਮਾਡਲ ਆ ਇਹ ਟਰੈਕਟਰ ਆ ਜਿਹੜਾ 2006 ਮਾਡਲ ਆ ਬਹੁਤ ਚੰਗੀ ਹਾਲਤ ਦੇ ਵਿੱਚ ਆ ਕਾਲੇ ਸਟਿੱਕਰਾਂ ਵਾਲਾ ਇਹ ਕਾਲੇ ਸਟਿੱਕਰਾਂ ਵਾਲਾ ਇਹ ਟਰੈਕਟਰ ਬਾਕੀ ਵਿਦਾਊਟ ਪਾਵਰ ਸਟੀering ਵਾਲਾ ਇਹ ਵਿਦਾਊਟ ਪਾਵਰ ਸਟੀering ਵਾਲਾ ਰੰਗ ਰੰਗ ओरिजिनल ਦੱਸਿਆ ਜਾ ਰਿਹਾ ਸੀਗਾ ਆਪਾਂ ਨੂੰ ਤਾਂ ਬਾਕੀ ਤੁਸੀਂ ਫੋਨ ਦੇ ਉੱਪਰ ਕੰਪਲੀਟਲੀ ਮਾਲਕਾਂ ਨਾਲ ਗੱਲਬਾਤ ਕਰ ਲਿਓ ਤੇ 14 ਨਾ 28 ਵਾਲੇ ਟਾਇਰ ਨੇ ਰਿਵਰਸ ਸਪੀਡ ਹੋ ਆ ਤੇ ਸੁਨਾ ਮੀਰੀਏ ਵਿਖੇ ਟਰੈਕਟਰ ਖੜਾ ਹੋਇਆ ਹੈ ਤੇ ਜਿਹੜਾ ਟਰੈਕਟਰ ਦਾ ਮਾਲਕ ਵੀਰਾਂ ਵੱਲੋਂ ਮੁੱਲ ਮੰਗਿਆ ਗਿਆ ਹਨਾ ਉਹ ਹੈਗਾ 2,65,000 ਰੁਪਇਆ 2,65,000 ਰੁਪਇਆ ਮੁੱਲ ਮੰਗਿਆ ਗਿਆ ਬਾਕੀ ਇਹਦੇ ਵਿੱਚੋਂ ਵੀ ਥੋੜਾ ਬਹੁਤ ਤਾਂ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਤੇ ਥੋੜਾ ਜਿਹਾ ਚਲੋ ਮੁੱਲ ਜਾਇਜ ਆ ਕੋਈ ਬਾਲਾ ਵੀ ਨਹੀਂ ਹੈਗਾ ਕਿ ਜਾਇਜ ਮੁੱਲ ਪੂਰਾ A to Z ਪੂਰਾ ਸਹੀ ਆ ਮੁੱਲ ਤੇ ਜਿਹੜੇ ਨੰਬਰ ਆ ਮਾਲਕਾਰੇ ਥੱਲੇ ਆ ਫੋਨ ਕਰਕੇ ਜਿਹੜਾ ਤੁਸੀਂ ਟਰੈਕਟਰ ਆ ਖਰੀਦ ਸਕਦੇ ਹੋ ਅੱਗੇ ਆ ਜਾਂਦਾ ਮੈਸੀ ਫਰਬੂਸ਼ਨ ਮੈਸੀ ਫਰਗੂਸਨ 1035 ਮਾਡਲ ਹੈਗਾ ਭਰਾਓ ਇਹ 1990 ਤੇ ਕੰਪਲੀਟਲੀ ਇੱਕ ਹਿਸਾਬ ਨਾਲ ਰੀਨਿਊ ਹੀ ਹੋਇਆ ਹੋਇਆ ਹੈ 2022 ਤੱਕ ਟਰੈਕਟਰ ਦੀ ਪਾਸਿੰਗ ਆ ਬਾਕੀ ਰੰਗ ਰੰਗ ਤੁਸੀਂ ਫੋਨ ਤੇ ਪੁੱਛ ਲਿਓ ਵੀ ਰਿਜਨਲ ਆ ਕਿ ਦੁਬਾਰਾ ਕਰਾਇਆ ਹੋਇਆ ਰੰਗ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿ 2022 ਤੱਕ ਟਰੈਕਟਰ ਦੀ ਪਾਸਿੰਗ ਆ ਠੀਕ ਹੈ ਪੰਜਾਬ ਨੰਬਰ ਟਰੈਕਟਰ ਬਾਕੀ ਪੂਰੀ ਚੰਗੀ ਹਾਲਤ ਦੇ ਵਿੱਚ ਆ ਇੰਜਨ ਉੰਜਨ ਬਹੁਤ ਵਧੀਆ ਪਿਆ ਹੋਇਆ ਮਾਲਕਾਂ ਦੇ ਦੱਸਣ ਅਨੁਸਾਰ ਤੇ ਗੇਅਰ ਦਾ ਵੀ ਓਕੇ ਆ ਮਗਰਲੇ ਹਿੱਸੇ ਦਾ ਵੀ ਓਕੇ ਆ ਗੇਅਰ ਮਗਰਲੇ ਹਿੱਸੇ ਦਾ ਓਕੇ ਪਿਆ ਹੋਇਆ ਤੇ ਸਾਫ ਰੰਗ ਦੇ ਵਿੱਚ ਤੇ 1,60,000 ਰੁਪਇਆ ਟਰੈਕਟਰ ਦਾ ਮੁੱਲ ਰੱਖਿਆ ਗਿਆ ਸੀਗਾ ਤੇ ਬਾਕੀ ਜਾਂਦੇ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਨੰਬਰ ਆ ਜਿਹੜੇ ਮਾਲਕਾਂ ਨੇ ਥੱਲੇ ਦੇ ਰਹੇ ਆ ਆਪਾਂ ਫੋਨ ਕਰਕੇ ਉਹਨਾਂ ਨੰਬਰਾਂ ਦੇ ਤੁਸੀਂ ਟਰੈਕਟਰ ਦਾ ਜਿਹੜਾ ਸੌਦਾ ਕਰ ਸਕਦੇ ਹੋ ਤੇ ਵਾਹ ਕੇ ਚਲਾ ਕੇ ਦੇਣ ਦੀ ਟਰੈਕਟਰ ਦੀ ਗਾਰੰਟੀ ਆ ਤਸੱਲੀ ਦਿੱਤੀ ਜਾ ਰਹੀ ਆ ਅੱਗੇ ਆ ਇਹਦਾ ਸੋਨਾਲੀ ਕਾ ਟਾਈਗਰ ਸੋਨਾਲੀ ਕਾ ਟਾਈਗਰ 55 ਇਹ ਟਰੈਕਟਰ 2021 ਮਾਡਲ ਆ ਤੇ ਟਰੈਕਟਰ ਮਾਲਕਾਂ ਨੇ ਦੱਸਣ ਅਨੁਸਾਰ ਜਿਵੇਂ ਮਾਲਕਾਂ ਨੇ ਆਪ ਨੂੰ ਦੱਸਿਆ ਕਹਿੰਦੇ 14 ਘੰਟੇ ਚੱਲਿਆ ਹੋਇਆ 14 ਘੰਟੇ ਚੱਲਿਆ ਹੋਇਆ ਵਾ ਬਾਕੀ ਸ਼ੋ ਦਾ ਰੰਗ ਪੂਰਾ ਓਕੇ ਆ ਬਾਡੀ ਦਾ ਪੂਰਾ ਓਕੇ ਆ ਇੰਜਨ ਰੰਜਰ ਆਲ ਓਕੇ ਪਿਆ ਹੋਇਆ ਤੇ ਪੂਰਾ ਸਾਫ ਰੰਗ ਦੇ ਵਿੱਚ ਆ ਕਮੀ ਪੇਸ਼ੀ ਦੱਸਣ ਅਨੁਸਾਰ ਕੋਈ ਵੀ ਨਹੀਂ ਹੈਗੀਗੀ ਤੇ ਰੇਟ ਆ ਜਿਹੜਾ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਠੀਕ ਹੈ ਜੀ ਨੰਬਰ ਤੁਸੀਂ ਥੱਲੇ ਚੱਕ ਸਕਦੇ ਹੋ ਤੇ ਜੇ ਭਰਾਵੋ ਪੇਮੈਂਟ ਪਹਿਲਾਂ ਮੰਗਦੇ ਹੋਏ ਕੋਈ ਪੇਮੈਂਟ ਪਹਿਲਾਂ ਨਾ ਕਰਿਆ ਕਰੋ ਕਿਸੇ ਵੀ ਟਰੇਡਰ ਦੀ ਭਲਾ ਤੁਸੀਂ ਸਾਡੇ ਚੈਨਲ ਤੋਂ ਹੀ ਕਿਉਂ ਨਹੀਂ ਵੇਖ ਰਹੇਗੇ ਕਿਉਂਕਿ ਸਾਨੂੰ ਵੀ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੀ ਚੀਜ਼ ਆ ਜਾਂਦੀ ਹੁੰਦੀ ਆ ਉਹੋ ਜੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਕੇ ਜਾਓ